ਖਾਲਸਾ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ। ਕੱਲ ਸੀ 13 ਅਪ੍ਰੈਲ ਤੇ ਕੱਲ ਸਭ ਜਗ੍ਹਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਕਰਕੇ ਨਹੀਂ ਗੁਰਦੁਆਰੇ ਵਿੱਚ ਮਨਾਇਆ ਗਿਆ ਵਿਸਾਖੀ ਦਿਵਸ, ਪਰ ਫਿਰ ਵੀ ਸਾਡੇ ਵੱਲੋਂ ਤੇ ਸਾਂਝੀਵਾਸੀ ਸਾਰੀ ਟੀਮ ਵੱਲੋਂ ਔਰ ਲਿਸਨਰਸ ਵੱਲੋਂ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਇਸ ਖਾਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਭਾਈ ਵਿਜੇਤਰ ਸਿੰਘ ਜੀ ਨਾਲ, ਤੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ। ਭਾਈ ਸਾਹਿਬ ਬਹੁਤ ਬਹੁਤ ਥੈਂਕ ਯੂ ਫਸਟ ਆਫ ਆਲ ਤੁਹਾਡਾ ਕਿ ਤੁਸੀਂ ਆਪਣਾ ਸਮਾਂ ਸਾਨੂੰ ਦੇ ਰਹੇ ਹੋ, ਤੇ ਨਾਲ ਦੀ ਨਾਲ ਹੀ ਤੁਹਾਡਾ ਵੈਲਕਮ ਕਰਦੇ ਹਾਂ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਵੱਲੋਂ, ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਾਰੀ ਇਸ ਰੇਡੀਓ ਦੇ ਮਾਧਿਅਮ ਰਾਹੀਂ ਸਾਰੀ ਸਿੱਖ ਜਗਤ ਨੂੰ ਖਾਲਸਾ ਸਾਜਨਾ ਦਿਵਸ ਔਰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ। ਸਭ ਤੋਂ ਪਹਿਲਾਂ ਭਾਈ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਵੀ ਵੇਖਿਆ ਹੋਏਗਾ ਫੇਸਬੁੱਕ ਦੇ ਉੱਤੇ ਕਿ ਕਿਸ ਤਰ੍ਹਾਂ ਸਾਰੇ ਹੀ ਵਿਸਾਖੀ ਦੀਆਂ ਜਿਸ ਤਰ੍ਹਾਂ ਬਹੁਤ ਹਰ ਇੱਕ ਕੋਈ ਵਧਾਈ ਦੇ ਰਿਹਾ, ਫੇਸਬੁੱਕ ਦੇ ਉੱਪਰ ਪੋਸਟ ਪੈ ਰਹੀਆਂ ਜਾਂ ਨੈਟ ਦੇ ਉੱਪਰ, ਹਨਾ, ਤੇ ਉਹਦੇ ਉੱਤੇ ਬਹੁਤ ਸਾਲਾਂ ਤੋਂ ਇਹ ਵੇਖਣ ਵਿੱਚ ਆਇਆ, ਜਦੋਂ ਤੋਂ ਖਾਸ ਤੌਰ ਤੇ ਸੋਸ਼ਲ ਮੀਡੀਆ ਬਹੁਤ ਐਕਟਿਵ ਹੋਇਆ, ਬਹੁਤ ਜ਼ਿਆਦਾ ਲੋਕੀ ਯੂਜ਼ ਕਰਨ ਲੱਗੇ ਨੇ, ਤੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ। ਹਾਂਜੀ, ਜੇ ਕੋਈ ਪੰਜਾਬੀ ਚ ਲਿਖਦਾ ਫੇਰ ਵੀ, ਜੇ ਇੰਗਲਿਸ਼ ਚ ਲਿਖਦਾ ਫੇਰ ਵੀ, ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਕਿਸੇ ਨੂੰ ਟੋਕਣਾ ਕੀ ਹੈ, ਕਿ ਅਗਲੇ ਨੇ ਵਧਾਈ ਦਿੱਤੀ ਹੈ ਜਾਂ ਅਗਲਾ ਬੁਰਾ ਮਨਾ ਲਏਗਾ, ਬਟ ਇਸ ਸਾਲ ਮੈਂ ਸੋਚਿਆ ਕਿ ਜੇ ਅਸੀਂ ਆਪਣੇ ਘਰ ਵਿੱਚ ਆਪਣੇ ਆਪ ਨੂੰ ਨੀ ਅਸੀਂ ਦੱਸਾਂਗੇ, ਆਪਣੇ ਭੈਣਾਂ ਭਰਾਵਾਂ ਨੂੰ ਨੀ ਦੱਸਾਂਗੇ ਕਿ ਅਸੀਂ ਗਲਤ ਕਰ ਰਹੇ ਹਾਂ, ਤੇ ਕੱਲ ਨੂੰ ਜੇ ਕੋਈ ਸਾਡੇ ਮਤਲਬ ਕਿ ਸਾਡੇ ਧਰਮ ਬਾਰੇ ਜੇ ਕੋਈ ਪੜ੍ਹਾਈ ਕਰਦਾ ਹੈ, ਕੋਈ ਰਿਸਰਚ ਕਰਦਾ, ਤੇ ਉਹ ਕਹੇਗਾ ਕਿ ਤੁਹਾਨੂੰ ਆਪਣੇ ਹੀ ਤਿਉਹਾਰ ਦਾ ਪਤਾ ਨਹੀਂ ਹੈ ਕਿ ਉਹਨੂੰ ਪ੍ਰੋਨਾਉਂਸ ਕਿਸ ਤਰ੍ਹਾਂ ਕਰਨਾ ਹੈ, ਜਾਂ ਵਿਸਾਖੀ ਤੇ ਵਿਸਾਖੀ ਵਿੱਚ ਕੀ ਫਰਕ ਆ। ਸੋ ਮੈਂ ਸੋਚਿਆ ਕਿ ਅੱਜ ਤੁਸੀਂ ਜ਼ਰੂਰ ਇਸ ਚੀਜ਼ ਨੂੰ ਐਕਸਪਲੇਨ ਕਰੋ ਕਿ ਵਿਸਾਖੀ ਤੇ ਵਿਸਾਖੀ ਵਿੱਚ ਕੀ ਫਰਕ ਆ, ਤੇ ਸਾਨੂੰ ਵਿਸਾਖੀ ਹੀ ਕਹਿਣਾ ਚਾਹੀਦਾ। ਇਸ ਤਰ੍ਹਾਂ ਭੈਣ ਜੀ ਕਿ ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਜਿਵੇਂ ਕਿ ਵਿਸਾਖੀ ਦਾ ਸੰਬੰਧ ਸਾਡੇ ਨਾਲ ਬੜਾ ਪੁਰਾਣਾ ਹੈ ਸਿੱਖ ਜਗਤ ਦੇ ਨਾਲ, ਤਾਂ ਜਿੱਥੋਂ ਤਾਈਂ ਦੇਸੀ ਸੰਬੰਧ ਦੀ ਗੱਲ ਆਉਂਦੀ ਆ, ਉਸ ਸੰਬੰਧ ਵਿੱਚ ਵਿਸਾਖ ਮਹੀਨੇ ਦੀ ਵੀ ਇਸ ਦਿਨ ਆਰੰਭਤਾ ਹੁੰਦੀ ਹੈ ਜੀ, ਤਾਂ ਇਸ ਕਰਕੇ ਸ਼ਬਦ ਤਾਂ ਵਿਸਾਖੀ ਵਰਤਿਆ ਜਾਂਦਾ ਰਿਹਾ ਆਮ ਕਰਕੇ ਪੰਜਾਬ ਦੀ ਧਰਤੀ ਤੇ। ਤਾਂ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਾ ਵੀ ਜ਼ਿਕਰ ਇਸ ਸਮੇਂ ਪੁਰਾਤਨ ਸਰੋਤਾਂ ਵਿੱਚ ਮਿਲਦਾ ਜਿਵੇਂ, ਪਰ ਅੱਗੇ ਚੱਲ ਕੇ ਇਸੇ ਦਿਨ ਹੀ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਨਾ, ਜੋ ਕਿ ਖਾਲਸੇ ਦੀ ਸਾਜਨਾ ਕੀਤੀ, ਖਾਲਸਾ ਪੰਥ ਸਾਜਿਆ, ਪੰਜ ਪਿਆਰੇ ਸਾਜੇ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਔਰ ਉਸ ਸਮੇਂ ਤੋਂ ਇਸ ਨੂੰ ਵਿਸਾਖੀ ਔਰ ਨਾਲ ਖਾਲਸਾ ਸਾਜਨ ਦਿਵਸ ਦੇ ਰੂਪ ਦੇ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਜਾਂਦਾ ਹੈ। ਔਰ ਇਸ ਤਰ੍ਹਾਂ ਕਿ ਜਿਵੇਂ ਗੁਰਬਾਣੀ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਸ਼ਬਦ ਹੈ, ਵਿਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧਰੋ। ਅਸਲ ਸ਼ਬਦ ਤਾਂ ਵਿਸਾਖੀ ਹੀ ਬਣਦਾ ਹੈ, ਔਰ ਨਾਲ ਦੀ ਨਾਲ ਖਾਲਸਾ ਸਾਜਨਾ ਦਿਵਸ ਔਰ ਵਿਸਾਖੀ ਦੀ, ਜੋ ਕਿ ਇਹ ਸਹੀ ਪ੍ਰੋਨਾਉਂਸੀਏਸ਼ਨ ਅਸੀਂ ਜਿਸ ਦਿਨ ਦੀ ਕਰਦੇ ਹਾਂ, ਤਾਂ ਉਹ ਦੋਵੇਂ ਹੀ ਇਹਦੇ ਨਾਲ ਜਿਹੜੇ ਸਾਡੇ ਹੈ ਨੇ ਉਹ ਅਰਥ ਕਲੀਅਰ ਹੋ ਜਾਂਦੇ ਨੇ, ਕਿਉਂਕਿ ਇੱਕ ਤਾਂ ਵਿਸਾਖ ਮਹੀਨੇ ਦੀ ਆਰੰਭਤਾ ਹੈ ਔਰ ਦੂਸਰਾ ਇਸ ਦਿਨ ਖਾਲਸਾ ਸਾਜਨਾ ਦਿਵਸ, ਜੋ ਕਿ ਖਾਲਸੇ ਦੀ ਸਾਜਨਾ ਹੋਈ। ਇਸ ਕਰਕੇ ਇਹ ਦੋਵੇਂ ਹੀ ਜੋ ਚੀਜ਼ਾਂ ਕਲੀਅਰ ਹੋ ਜਾਂਦੀਆਂ, ਜੇ ਅਸੀਂ ਖਾਲਸਾ ਸਾਜਨਾ ਦਿਵਸ ਔਰ ਵਿਸਾਖੀ ਦੀਆਂ ਵਧਾਈਆਂ ਕਹੀਏ, ਤਾਂ ਇਹ ਸਾਰਾ ਮਕਸਦ ਕਲੀਅਰ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਭਾਈ ਸਾਹਿਬ ਪੰਜਾਬ ਦੇ ਵਿੱਚ ਇੱਕ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਮਾਝਾ, ਮਾਲਵਾ ਤੇ ਦੁਆਬਾ ਹੈ, ਤੇ ਸ਼ਾਇਦ ਦੁਆਬੇ ਤੇ ਮਾਲਵੇ ਵਿੱਚ ਜਿਸ ਤਰ੍ਹਾਂ ਕਿ ਬੱਬੇ ਨੂੰ ਬੱਬਾ ਕਿਹਾ ਜਾਂਦਾ ਹੈ। ਹਾਂਜੀ, ਇਹ ਬਿਲਕੁਲ ਗੱਲ ਤੁਹਾਡੀ ਜੀ। ਤੇ ਉੱਥੋਂ ਮਤਲਬ ਕਿ ਇਹ ਸ਼ੁਰੂ ਹੋਇਆ ਕਿ ਵਵੇ ਨੂੰ ਬਾਬਾ, ਕਿ ਉਹ ਵਿਸਾਖੀ, ਕਿਉਂਕਿ ਉਹਨਾਂ ਦੇ ਬੋਲਣ ਦੇ ਵਿੱਚ ਇਹ ਚੀਜ਼ ਆਉਂਦੀ ਆ ਕਿ ਉਹ ਵਵੇ ਨੂੰ ਬਾਬਾ, ਤੇ ਇਟਸ ਅੰਡਰਸਟੈਂਡੇਬਲ ਕਿ ਉਹ ਪ੍ਰੋਨਾਉਂਸ ਇਸ ਤਰ੍ਹਾਂ ਕਰਦੇ ਆ, ਹਨਾ, ਬੋਲਣ ਵਿੱਚ। ਬਟ ਜਦੋਂ ਉਹ ਜੇ ਹੁਣ ਉਸ ਖੇਤਰ ਦੇ ਲੋਕ ਜੇ ਵਾਲ ਲਿਖਣਗੇ ਤੇ ਵਵੇ ਨਾਲ ਹੀ ਲਿਖਣਗੇ ਵਾਲ। ਬਿਲਕੁਲ,
ਤੇ ਜੇ ਬੱਬੇ ਜੇ ਬੱਬੇ ਨਾਲ ਲਿਖਣਗੇ ਤੇ ਉਹਦਾ ਜਿਹੜਾ ਮੀਨਿੰਗ ਹੈ ਚੇਂਜ ਹੋ ਜਾਏਗਾ ਜੀ, ਹੈ ਨਾ। ਤੇ ਇਸੇ ਤਰ੍ਹਾਂ ਜਿਹੜੇ ਵਿਸਾਖੀ ਆ, ਜੇ ਵਿਸਾਖੀ ਨੂੰ ਅਸੀਂ ਬੱਬੇ ਨਾਲ ਹੀ ਲਿਖੀਏ ਤੇ ਉਹ ਅਸਲ ਵਿੱਚ ਵਿਸਾਖੀ ਆ, ਜੇ ਅਸੀਂ ਉਹਨੂੰ ਵਿਸਾਖੀ ਕਰ ਦਿੰਦੇ ਹਾਂ ਤੇ ਉਹਦਾ ਜਿਹੜਾ ਮੀਨਿੰਗ ਹੈ ਉਹ ਚੇਂਜ ਹੋ ਜਾਂਦਾ ਹੈ। ਚੇਂਜ ਹੋ ਜਾਂਦਾ ਜੀ, ਬਿਲਕੁਲ। ਜਿਸ ਤਰ੍ਹਾਂ ਤੁਸੀਂ ਬੋਲੀਆਂ ਦੀ ਗੱਲ ਕੀਤੀ, ਬੋਲੀ ਜਿਸ ਤਰ੍ਹਾਂ ਕਿ ਹਰ 12 ਕੋਹ ਤੇ ਪੁਰਾਣੇ ਸਮੇਂ ਚ ਕਿਹਾ ਜਾਂਦਾ ਸੀ ਕਿ ਬੋਲੀ ਬਦਲਦੀ ਆਪਣਾ ਰੂਪ ਬਦਲ ਲੈਂਦੀ ਹੈ, ਉੱਥੇ ਕੋਈ ਜਿਹੜੀ ਖੇਤਰੀ ਬੋਲੀ ਹੈ ਹਰੇਕ ਇਲਾਕੇ ਵਿੱਚ ਬੋਲੀ ਜਾਂਦੀ। ਜਿਵੇਂ ਤੁਸੀਂ ਦੁਆਬੇ ਦੀ ਗੱਲ ਕੀਤੀ, ਦੁਆਬੇ ਵਿੱਚ ਬੱਬੇ ਨੂੰ ਬੱਬਾ ਕਿਹਾ ਜਾਂਦਾ ਆਮ ਕਰਕੇ, ਪਰ ਜੇ ਆਪਾਂ ਵਿਸਾਖੀ ਕਹੀਏ, ਵਿਸਾਖੀ ਜਿਸ ਤਰ੍ਹਾਂ ਕਿ ਕੋਈ ਅਪਾਹਜ ਇਨਸਾਨ ਵੀ ਕਈ ਵਾਰੀ ਹੱਥ ਵਿੱਚ ਫੜ ਕੇ ਜਦੋਂ ਆਸਰਾ ਚੱਲਦਾ ਉਹਨੂੰ ਵੀ ਵਿਸਾਖੀ ਕਿਹਾ ਜਾਂਦਾ। ਬਿਲਕੁਲ, ਇਸ ਕਰਕੇ ਸ਼ਬਦ ਤਾਂ ਵਿਸਾਖੀ ਹੀ ਕਲੀਅਰ ਆ। ਜਿਸ ਤਰ੍ਹਾਂ ਜੇ ਆਪਾਂ ਬੋਲੀਏ, ਇੱਕ ਤਾਂ ਵਿਸਾਖ ਮਹੀਨਾ ਮਹੀਨੇ ਦੀ ਆਰੰਭਤਾ ਆ, ਦੂਸਰਾ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ, ਇਹ ਦੋਵੇਂ ਚੀਜ਼ਾਂ ਨਾਲ ਇਕੱਠੀਆਂ ਰਲਦੀਆਂ ਨੇ। ਵਿਸਾਖੀ ਨੂੰ ਮਨਾਉਣ ਤੇ ਗੱਲ ਚੱਲ ਰਹੀ ਸੀਗੀ ਤੇ ਉੱਥੇ ਉਹ ਮਤਲਬ ਕਿ ਉਹ ਡਾਕਟਰ ਸੀਗੇ, ਬਹੁਤ ਹੀ ਪੜ੍ਹੇ ਲਿਖੇ ਸੀਗੇ, ਔਰ ਉਹਨਾਂ ਨੇ ਮੇਰੇ ਨਾਲ ਆਈ ਥਿੰਕ 20-25 ਮਿੰਟ ਇਸ ਗੱਲ ਚ ਬਹਿਸ ਕੀਤੀ। ਉਹ ਕਹਿੰਦੇ ਕਿ ਇਹ ਵਿਸਾਖੀ ਹੀ ਹੁੰਦੀ ਆ, ਇਹ ਵਿਸਾਖੀ ਨਹੀਂ ਹੁੰਦੀ। ਇਹ ਔਰ ਮੈਂ ਸੋਚ ਰਹੀ ਸੀ ਕਿ ਹਾਲੇ ਤੇ ਇੰਨਾ ਟਾਈਮ ਨਹੀਂ ਲੰਘਿਆ ਤੇ ਉਹ ਇੱਕ ਪੜ੍ਹੇ ਲਿਖੇ ਇਨਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇਹ ਵਿਸਾਖੀ, ਤੇ ਜੇ ਅਸੀਂ ਇਸ ਚੀਜ਼ ਨੂੰ ਹੁਣ ਸਹੀ ਨਹੀਂ ਕਰਾਂਗੇ ਤੇ ਸਾਡੇ ਜਿੰਨੇ ਜਿੰਨੇ ਵੀ ਅਸੀਂ ਜਿਸ ਤਰ੍ਹਾਂ ਤੁਸੀਂ ਉਹ ਤੁਸੀਂ ਗੁਰਦੁਆਰੇ ਦੇ ਵਿੱਚ ਕਥਾ ਕਰਦੇ ਹੋ, ਹੈ ਨਾ, ਤੇ ਇਸੇ ਤਰ੍ਹਾਂ ਜੇ ਹੁਣ ਅਸੀਂ ਮੀਡੀਆ ਨਾਲ ਲਿਆ ਤੇ ਜੇ ਅਸੀਂ ਮਤਲਬ ਕਿ ਮੀਡੀਆ ਨਾਲ ਰਿਲੇਟਡ ਹੋਣ ਤੱਕ ਜੇ ਅਸੀਂ ਇਹਨਾਂ ਗੱਲਾਂ ਨੂੰ ਕਿ ਕੋਈ ਗੁੱਸਾ ਨਾ ਮੰਨ ਜਾਵੇ, ਸਿਰਫ ਇਹ ਸੋਚ ਕੇ ਅਸੀਂ ਇਸ ਚੀਜ਼ ਦੀ ਕਰੈਕਸ਼ਨ ਨਹੀਂ ਕਰਾਂਗੇ ਤੇ ਇਹ ਚੀਜ਼ ਅੱਗੇ ਜਾ ਕੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸਲ ਵਿੱਚ ਇਹ ਵਿਸਾਖੀ ਸੀ ਨਾ ਕਿ ਵਿਸਾਖੀ ਸੀ। ਬਿਲਕੁਲ, ਇਹ ਗੱਲ ਸਹੀ ਹੈ। ਡਾਕਟਰ ਸਾਹਿਬ ਦਾ ਆਪਣਾ ਮਤ ਹੋ ਸਕਦਾ ਆ, ਜਿਸ ਆਧਾਰ ਤੋਂ ਉਹ ਕਹਿ ਰਹੇ ਨੇ ਇਹ ਤਾਂ ਉਹੀ ਦੱਸ ਸਕਦੇ ਇਹਦੇ ਬਾਰੇ ਜੀ, ਪਰ ਅਸਲ ਤਾਂ ਜਿਵੇਂ ਕਿ ਸ਼ਬਦ ਜੇਕਰ ਵਿਖੇ ਸ਼ਬਦ ਦੇ ਜਿਹੜਾ ਰੂਟ ਆ, ਜੋ ਜਿੱਥੋਂ ਸ਼ਬਦ ਚੱਲਦਾ ਜਿੱਥੋਂ ਆਉਂਦਾ, ਜੇ ਆਪਾਂ ਮਹਾਨ ਕੁਸ਼ ਨੂੰ ਵੇਖੀਏ ਤਾਂ ਉੱਥੇ ਵੀ ਜ਼ਿਕਰ ਇਹੀ ਹੈ, ਵਿਸਾਖੀ ਦਾ ਹੀ ਹੈ ਜੀ। ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਵੀ ਜੋ 12ਵਾਂ ਉਚਾਰਨ ਕੀਤਾ ਉੱਥੇ ਵੀ ਸ਼ਬਦ, ਮੈਂ ਜੇ ਨਾ ਭੁੱਲਦਾ ਹੋਵਾਂ ਤਾਂ ਵਿਸਾਖੀ ਹੀ ਆ। ਤਾਂ ਬਾਕੀ ਵਿਸਾਖ ਧੀਰਨ ਕਿਉਂ ਵਾਢੀ ਆ, ਗੁਰੂ ਅਰਜਨ ਸਾਹਿਬ ਜੀ ਵੱਲੋਂ ਵੀ 12ਵਾਂ ਦੇ ਵਿੱਚ ਇਹੀ ਜ਼ਿਕਰ ਆ, ਕਿਉਂਕਿ ਜਿਹੜੇ ਸਾਡੇ ਸ਼ਬਦਾਂ ਦੇ ਪੁਰਾਤਨ ਪ੍ਰੋਨਾਂਸੀਏਸ਼ਨ ਆ, ਇਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਆ। ਜਿਵੇਂ ਜਿਵੇਂ ਕੁਛ ਸ਼ਬਦਾਂ ਦਾ ਰੂਪ ਵਿਗੜਦਾ ਆ ਉਹਨੂੰ ਸੁਧਾਰਨਾ ਚਾਹੀਦਾ, ਇਹ ਬਹੁਤ ਵਧੀਆ ਉਦਮ ਆ, ਇਵੇਂ ਦਾ ਉਦਮ ਤੁਹਾਨੂੰ ਵੀ ਕਰਦੇ ਰਹਿਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ ਕਿ ਤੁਸੀਂ ਅੱਜ ਇਹਨੂੰ ਕਲੈਰੀਫਾਈ ਕੀਤਾ ਤੇ ਕਿਸੇ ਦੇ ਅਸੀਂ ਦੇਖੋ ਮਤਲਬ ਕਿ ਮਨਸਾ ਨੂੰ ਅਸੀਂ ਸੱਟ ਨਹੀਂ ਮਾਰਨਾ ਚਾਹੁੰਦੇ, ਅਸੀਂ ਕਿਸੇ ਨੂੰ ਵੀ ਇਹ ਨਹੀਂ ਕਿ ਅਸੀਂ ਇਸ ਦੱਸ ਰਹੇ ਕਿ ਅਸੀਂ ਬਹੁਤ ਸਿਆਣੇ ਆ, ਬਟ ਜਿੰਨੀ ਕੁ ਮਤ ਹੈਗੀ ਆ ਉਹਦੇ ਅਨੁਸਾਰ ਮਤਲਬ ਕਿ ਨਹੀਂ ਸੀ ਠੀਕ ਲੱਗ ਰਿਹਾ ਕਿ ਅਸੀਂ ਸਾਰੇ ਜਾਣੇ ਇਸ ਨੂੰ ਵਿਸਾਖੀ ਬਣਾ ਲਈਏ ਕਿ ਬੱਬੇ ਨੂੰ ਛੱਡ ਦਈਏ ਤੇ ਬੱਬਾ ਪਾਉਣ ਲੱਗ ਜਾਈਏ। ਤੇ ਜੋ ਸਮਾਂ ਇਸ ਟਾਈਮ ਤੇ ਚੱਲ ਰਿਹਾ, ਤੁਸੀਂ ਵੀ ਘਰੋਂ ਬਾਹਰ ਹੋ, ਹੈਨਾ, ਤੇ ਉਹਦੇ ਉੱਪਰ ਤੁਸੀਂ ਸੰਗਤਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਪੋਜ਼ਿਟਿਵ ਰਹਿਣਾ ਚਾਹੀਦਾ ਆ ਬਾਣੀ ਦੇ ਆਧਾਰ ਤੇ। ਹਾਂਜੀ, ਗੁਰਬਾਣੀ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਿਆ ਕਿ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ, ਕਿ ਜੀਵਨ ਵਿੱਚ ਜਿਸ ਤਰ੍ਹਾਂ ਦਾ ਵੀ ਸਮਾਂ ਆਏ ਉਸ ਸਮੇਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ, ਔਰ ਉਸੇ ਤਰ੍ਹਾਂ ਹੀ ਉਸਦੀ ਸਾਨੂੰ ਤਿਆਰੀ ਰੱਖਣੀ ਚਾਹੀਦੀ, ਕਿਉਂਕਿ ਸਦਾ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਸਦਾ ਜੀਵਨ ਵਿੱਚ ਨਾ ਦੁੱਖ ਰਹਿੰਦਾ ਆ ਨਾ ਹੀ ਸੁੱਖ ਸਦਾ ਰਹਿੰਦਾ। ਤਾਂ ਇਸ ਕਰਕੇ ਗੁਰਬਾਣੀ ਨੇ ਸਾਡੇ ਸਾਹਮਣੇ ਅਸਲੀਅਤ ਰੱਖੀ ਹੈ, ਜੋ ਇਹ ਸੰਸਾਰ ਦਾ ਯਥਾਰਥ ਹੈ ਜਿਹਨੂੰ ਅਸੀਂ ਅਸਲੀਅਤ ਕਹਿੰਦੇ ਹਾਂ, ਉਹ ਗੁਰਬਾਣੀ ਨੇ ਸਾਡੇ ਸਾਹਮਣੇ ਰੱਖੀ ਹੈ ਕਿ ਅਸੀਂ ਸੱਚ ਹੈ ਕਿ ਜੀਵਨ ਵਿੱਚ ਸੁੱਖ ਦੁੱਖ ਇਹ ਕੱਪੜੇ ਨੇ ਜ਼ਿੰਦਗੀ ਦੇ, ਤੇ ਇਸ ਕਰਕੇ ਸਾਨੂੰ ਇਹਨਾਂ ਦਾ ਦੋਵਾਂ ਦਾ ਆਪਣਾ ਹੀ ਇੱਕ, ਜੇਕਰ ਦੁੱਖ ਵੀ ਜੀਵਨ ਵਿੱਚ ਆਉਂਦਾ ਤਾਂ ਸਾਨੂੰ ਬੜਾ ਕੁਛ ਸਿਖਾ ਕੇ ਜਾਂਦਾ। ਬਾਕੀ ਜੋ ਹਾਲਾਤ ਨੇ ਅੱਜ ਸਮੇਂ ਦੇ ਉਸ ਮੁਤਾਬਕ ਗੁਰਬਾਣੀ ਦੀ ਦੇ ਮੁਤਾਬਕ ਇਹੀ ਸਾਨੂੰ ਸਿੱਖਿਆ ਹੈ ਕਿ ਅਸੀਂ ਜੋ ਰਜਾ ਆ ਉਸ ਦੇ ਵਿੱਚ ਰਹੀਏ, ਔਰ ਜੋ ਸਾਨੂੰ ਜਿੰਨਾ ਵੀ ਇਤਿਹਾਸ ਰੱਖਣਾ ਚਾਹੀਦਾ ਉਹ ਸਾਰਾ ਅਸੀਂ ਰੱਖਣ ਦਾ ਉਦਮ ਕਰੀਏ, ਜੋ ਜੋ ਡਾਕਟਰ ਦੱਸ ਰਹੇ ਨੇ, ਕਿਉਂਕਿ ਪੁਰਾਣੇ ਸਮੇਂ ਵਿੱਚ ਪੁਰਾਣੀਆਂ ਬਿਮਾਰੀਆਂ ਹੁੰਦੀਆਂ ਸਨ, ਅੱਜ ਇਸ ਸਮੇਂ ਦੇ ਵਿੱਚ ਇਸ ਰੋਗ ਦੇ ਇੱਕ ਆਪਣੇ ਲੱਛਣ ਨੇ, ਆਪਣੇ ਕਾਰਨ ਨੇ, ਔਰ ਉਹਨਾਂ ਕਾਰਨਾਂ ਨੂੰ ਔਰ ਇਸ ਰੋਗ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ
ਜੋ ਜੋ ਸਾਨੂੰ ਡਾਕਟਰ ਸਾਹਿਬਾਨ ਜੋ ਜੋ ਸਾਨੂੰ ਦੱਸ ਰਹੇ ਨੇ ਜੋ ਰੱਖਣਾ ਪ੍ਰਕੋਸ਼ਨ ਵਗੈਰਾ ਉਹੀ ਸਾਨੂੰ ਉਸੇ ਤਰ੍ਹਾਂ ਹੀ ਰੱਖ ਕੇ ਇਸ ਦੇ ਬਚਾਅ ਦਾ ਉਦਮ ਕਰਨਾ ਚਾਹੀਦਾ। ਬਾਕੀ ਗੁਰਬਾਣੀ ਸਾਨੂੰ ਧੀਰਜ ਦਿੰਦੀ ਹੈ, ਹੌਸਲਾ ਦਿੰਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਸੁਨੇਹੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਭਾਵ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਸਮਾਂ ਹੋਵੇ, ਔਰ ਸਿੱਖ ਨੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਗੁਰੂ ਸਾਹਿਬਾਨ ਤੋਂ ਸਿੱਖਿਆ ਹੈ। ਔਰ ਭਾਵੇਂ ਇਹ ਸਿੱਖਾਂ ਦੇ ਪਾਸ ਕਦੇ ਜੰਗਲਾਂ ਦੇ ਵਿੱਚ ਵੀ ਰਹਿੰਦੇ ਸਨ, ਕਦੇ ਛੋਲੇ ਵੀ ਖਾ ਕੇ ਗੁਜ਼ਾਰਾ ਕਰਦੇ ਸਨ, ਔਰ ਜੈਸਾ ਵੀ ਸਮਾਂ ਹੋਇਆ, ਔਰ ਭਾਵੇਂ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਰਾਜ ਵੀ ਸੀ, ਔਰ ਦੋਵਾਂ ਹੀ ਅਵਸਥਾ ਵਿੱਚ ਸਿੱਖ ਨੇ ਇੱਕੋ ਜਿਹਾ ਅਡੋਰ ਰਹਿਣਾ ਹੈ, ਤਾਂ ਕਿ ਨਾ ਇਹ ਦੁੱਖ ਵਿੱਚ ਕਿਧਰੇ ਥਿੜਕ ਜਾਏ, ਇੰਨਾ ਵਿਆਕੁਲ ਹੋ ਜਾਏ ਕਿ ਆਪਣੇ ਆਪ ਨੂੰ ਸੱਚ ਤੋਂ ਪਾਸੇ ਹੋ ਜਾਏ, ਔਰ ਨਾ ਹੀ ਸੁੱਖ ਵਿੱਚ ਆ ਕੇ ਕਿਧਰੇ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਸਿਰਜਣਹਾਰ ਨੂੰ ਭੁੱਲ ਜਾਏ ਕਿ ਇਹ ਆਪਣੇ ਜੀਵਨ ਦਾ ਕਿਤੇ ਰਾਹ ਹੀ ਨਾ ਭੁੱਲ ਜਾਏ। ਇਸ ਕਰਕੇ ਦੋਵਾਂ ਹੀ ਅਵਸਥਾਵਾਂ ਵਿੱਚ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸਿੱਖ ਨੇ ਸਹਿਜ ਅਵਸਥਾ ਵਿੱਚ, ਟਕਾਅ ਵਿੱਚ, ਸਹਿਨਸ਼ੀਲਤਾ ਵਿੱਚ, ਹੌਸਲੇ ਨਾਲ ਇਹ ਸਾਰੀ ਮੁਸ਼ਕਲ ਦਾ ਸਾਹਮਣਾ ਕਰਨਾ। ਪਤਾ ਹੈ ਕਿ ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਲੋਕਡਾਊਨ ਲੱਗਾ ਹੋਇਆ ਤੇ ਇੰਡੀਆ ਦੇ ਵਿੱਚ ਵੀ ਕਰਫਿਊ ਆ, ਜਿਹੜੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਤੇ ਦਰਸ਼ਨ ਜਿਹੜੇ ਵਿਸਾਖੀ ਵਾਲੇ ਦਿਨ ਨਹੀਂ ਕੀਤੇ ਤੇ ਕਈਆਂ ਦੇ ਮਨਾਂ ਦੇ ਵਿੱਚ ਇਸ ਚੀਜ਼ ਦਾ ਬੜਾ ਭਰਮ ਹੋਏਗਾ ਕਿ ਅਸੀਂ ਗੁਰਦੁਆਰੇ ਨਹੀਂ ਜਾ ਸਕੇ, ਹਨਾ, ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਕਿ ਮੈਂ ਵਿਸਾਖੀ ਵਾਲੇ ਦਿਨ ਗੁਰਦੁਆਰੇ ਜ਼ਰੂਰ ਜਾਣਾ, ਤੇ ਹੁਣ ਸਾਰੇ ਵਰਲਡ ਵਿੱਚ ਕਿਤੇ ਵੀ ਨਹੀਂ ਜਾ ਸਕਿਆ, ਕੋਈ ਵੀ ਨਹੀਂ ਗੁਰਦੁਆਰੇ ਜਾ ਸਕਿਆ, ਤੇ ਤੁਸੀਂ ਹਾਂਜੀ ਸੰਗਤਾਂ ਨੂੰ ਇਹਦੇ ਬਾਰੇ ਕੀ ਪੈਗਾਮ ਦੇਣਾ ਚਾਹੋਗੇ? ਬਿਲਕੁਲ, ਗੁਰੂ ਸਾਹਿਬਾਨ ਸਾਨੂੰ ਗੁਰਬਾਣੀ ਵਿੱਚ ਹੀ ਦੱਸਦੇ ਨੇ ਕਿ ਅਸਲ ਸਿੱਖ ਦੇ ਜੀਵਨ ਦਾ ਉਦੇਸ਼ ਤਾਂ ਇਹ ਹੈ ਕਿ ਇਹਦਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਏ। ਜਿਹੜਾ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਆ, ਉਹ ਅਸੀਂ ਕਿਧਰੇ ਵੀ ਚਲੇ ਜਾਈਏ ਉਹ ਸਾਡੇ ਨਾਲ ਰਹਿੰਦੀ ਹੈ। ਜਿਵੇਂ ਇੱਥੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਤੁਹਾਨੂੰ ਕਿ ਜਿਸ ਤਰ੍ਹਾਂ ਇੱਕ ਵਿਦਿਆਰਥੀ, ਮੈਡੀਕਲ ਲਾਈਨ ਦਾ ਕੋਈ ਵਿਦਿਆਰਥੀ ਜੇਕਰ ਮੈਡੀਕਲ ਕਾਲਜ ਵਿੱਚ ਪੜ੍ਹਦਾ ਤਾਂ ਮੈਡੀਕਲ ਕਾਲਜ ਵਿੱਚ ਪੜ੍ਹਦਿਆਂ ਉਹ ਸਿੱਖਿਆ ਲੈਂਦਾ ਹੈ, ਪਰ ਉਸ ਤੋਂ ਬਾਅਦ ਉਹ ਸੰਸਾਰ ਦਾ ਭਲਾ, ਉਹ ਲੋਕਾਂ ਦਾ ਭਲਾ ਉਹ ਬਾਹਰ ਜਾ ਕੇ ਕਰਦਾ। ਜੇਕਰ ਉਹ ਮੈਡੀਕਲ ਕਾਲਜ ਇੱਕ ਸਿੱਖਿਆ ਦਾ ਕੇਂਦਰ ਹੈ, ਪਰ ਡਾਕਟਰ ਬਣ ਕੇ ਉਹ ਬਾਹਰ ਜਾ ਕੇ ਜੋ ਕਿ ਉਸ ਆਪਣੇ ਜੋ ਗੁਣ ਉਸਨੇ ਸਿੱਖਿਆ ਹੈ ਉਸਦਾ ਬਾਹਰ ਜਾ ਕੇ ਜਿੱਥੇ ਵੀ ਉਹ ਚਲਾ ਜਾਏ, ਜਿਹੜੀ ਵਿਦਿਆ ਉਸਨੇ ਸਿੱਖ ਲਈ, ਜੋ ਉਸਨੇ ਸਿੱਖਿਆ ਗ੍ਰਹਿਣ ਕਰ ਲਈ, ਉਹ ਸਿੱਖਿਆ ਜੀਵਨ ਭਾਰ ਉਸਦੇ ਨਾਲ ਨਿਭਦੀ ਹੈ, ਔਰ ਉਹ ਸਿੱਖਿਆ ਦੇ ਆਧਾਰ ਤੇ ਹੀ ਅਗਾਂਹ ਉਸ ਆਪਣੇ ਗਿਆਨ ਰਾਹੀਂ ਹੀ ਪਰਉਪਕਾਰ ਦਾ ਕਾਰਜ ਕਰਦਾ ਹੈ, ਉਹ ਸੰਸਾਰ ਵਿੱਚ ਅੱਗੇ ਉਹ ਭਲਾ ਕਰਦਾ ਸੰਸਾਰ। ਇਸੇ ਤਰ੍ਹਾਂ ਅਸੀਂ ਗੁਰੂ ਘਰ ਚੋਂ, ਗੁਰਬਾਣੀ ਚੋਂ ਇਹ ਸਾਡੀ ਸਿੱਖਿਆ ਦੇ ਕੇਂਦਰ ਨੇ, ਔਰ ਅੱਜ ਸੋਸ਼ਲ ਮੀਡੀਆ ਦੇ ਯੁੱਗ ਰਾਹੀਂ ਅਸੀਂ ਦੂਰੋਂ ਦੂਰੋਂ ਜੇ ਆਪਾਂ ਵੀ ਹੁਣ ਸਾਂਝ ਪਾ ਰਹੇ ਹਾਂ ਤਾਂ ਇੱਕ ਸ਼ਬਦਾਂ ਦੇ, ਬੋਲਾਂ ਦੇ ਰਾਹੀਂ ਆਪਣੀ ਸਾਂਝ ਪੈ ਰਹੀ ਹੈ। ਇਹੀ ਗੁਰਬਾਣੀ ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ, ਇੱਕ ਸਿਧਾਂਤ ਬਖਸ਼ਿਸ਼ ਕੀਤਾ, ਉਸ ਰਾਹੀਂ, ਉਸ ਗਿਆਨ ਰਾਹੀਂ ਸਾਡੀ ਸਾਂਝ, ਉਹ ਅਸੀਂ ਕਿਧਰੇ ਵੀ ਬੈਠੇ ਹੋਈਏ, ਔਰ ਭਾਵੇਂ ਹੁਣ ਇੰਡੀਆ ਬੈਠੇ ਜੇਕਰ ਇੱਥੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਬੈਠਿਆਂ ਦੂਰ ਤੋਂ ਸਾਡੀ ਸਾਂਝ ਬੋਲਾਂ ਨਾਲ ਬਣਦੀ। ਇਸੇ ਤਰ੍ਹਾਂ ਗੁਰਬਾਣੀ, ਜੇ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਜੋ ਸਿੱਖੀ ਹੈ, ਜੋ ਸਿੱਖਿਆ ਮਨ ਵਿੱਚ ਧਾਰਨ ਕੀਤੀ ਹੈ, ਉਹ ਜੇ ਅਸੀਂ ਕਿਧਰੇ ਘਰ ਵੀ ਹਾਂ ਤਾਂ ਘਰ ਵੀ ਅਸੀਂ ਅੱਜ ਸਾਧਨ ਬਹੁਤ ਨੇ, ਅਸੀਂ ਉਹਨਾਂ ਰਾਹੀਂ ਗੁਰਬਾਣੀ ਨਾਲ ਜੁੜ ਸਕਦੇ ਹਾਂ। ਅਸੀਂ ਗੁਰਬਾਣੀ ਪੜ੍ਹ ਕੇ ਉਸ ਤੋਂ ਗੁਰਮਤਿ ਸਿਧਾਂਤ ਸਿੱਖਿਆ ਜੀਵਨ ਵਿੱਚ ਗ੍ਰਹਿਣ ਕਰ ਸਕਦੇ ਹਾਂ, ਕਿਉਂਕਿ ਗੁਰਬਾਣੀ ਦਾ ਸ਼ਬਦ ਵੀ ਹੈ ਕਿ ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਿ ਗੁਰੂ ਸਦਾ ਸਿੱਖ ਦੇ ਅੰਗ ਸੰਗ ਹੈ, ਇੱਕ ਗਿਆਨ ਕਰਕੇ, ਸਿੱਖਿਆ ਕਰਕੇ, ਸੋਚ ਕਰਕੇ, ਕਿਉਂਕਿ ਸਤਿਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਜਦੋਂ ਅਸੀਂ ਉਹ ਸਿੱਖਿਆ ਗੁਰਬਾਣੀ ਚੋਂ ਸਿੱਖਦੇ ਹਾਂ ਉਹ ਸਾਡੇ ਜੀਵਨ ਦਾ ਆਧਾਰ ਬਣਦੀ ਹੈ, ਫਿਰ ਸਿੱਖ ਦੁਨੀਆਂ ਵਿੱਚ ਕਿਧਰੇ ਵੀ ਜਾਏ ਉਹ ਸਿੱਖਿਆ ਉਹ ਸਿੱਖ ਦੇ ਨਾਲ ਰਹਿੰਦੀ ਹੈ। ਇਸ ਕਰਕੇ ਇੱਕ ਸਾਡੇ ਆਪਣੇ ਮਨ ਦਾ ਸੁਭਾਅ ਬਣਿਆ ਹੁੰਦਾ ਕਿ ਸਾਨੂੰ ਗੁਰੂ ਘਰ ਆ ਕੇ ਹੀ ਕਈ ਵਾਰ ਤਸੱਲੀ ਹੁੰਦੀ ਹੈ। ਇੱਥੇ ਵੀ ਸੰਗਤ ਦੇ ਫੋਨ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਬੜੇ ਦਿਨ ਹੋ ਗਏ ਆ ਦਰਸ਼ਨ ਨਹੀਂ ਹੋਏ, ਮਨ ਕਰਦਾ ਦਰਸ਼ਨਾਂ ਨੂੰ, ਲਾਈਵ ਵੇਖ ਕੇ ਖੁਸ਼ ਹੁੰਦੇ ਹਾਂ। ਸਾਡੇ ਇੱਕ ਮਨ ਦਾ ਆਪਣਾ ਸੁਭਾਅ ਬਣ ਚੁੱਕਾ ਹੈ ਕਿ ਸਾਡੀਆਂ ਅੱਖਾਂ ਕੁੱਝ ਵੇਖ ਕੇ ਭਰੋਸਾ ਕਰਦੀਆਂ। ਵੈਸੇ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਜਦੋਂ ਰੱਬ ਦੀ ਗੱਲ ਕਰਦੇ ਨੇ
ਉਹ ਵੀ ਇਹ ਕਹਿੰਦੇ ਨੇ ਕਿ ਉਸਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਉਹ ਰੂਪ ਰੇਖ ਰੰਗ ਤੋਂ ਨਿਆਰਾ। ਪਰ ਅਸੀਂ ਸੰਸਾਰਿਕ ਲੋਕ, ਸਾਡਾ ਸੁਭਾਅ ਬਣਿਆ ਕਿ ਅਸੀਂ ਕਿਸੇ ਨੂੰ ਜਦੋਂ ਮਿਲਦੇ ਹਾਂ ਵੇਖ ਕੇ ਜਾਂ ਗੱਲਬਾਤ ਸਾਹਮਣੇ ਵੇਖ ਕੇ ਸਾਡੇ ਮਨ ਨੂੰ ਤਸੱਲੀ ਆਉਂਦੀ ਹੈ, ਤੇ ਇਸ ਤਰ੍ਹਾਂ ਸਾਡੇ ਆਪਣੇ ਇੱਕ ਮਨ ਦਾ ਸੁਭਾਅ ਬਣਿਆ। ਬਾਕੀ ਜੇ ਅਸੀਂ ਸਿੱਖਿਆ ਗੁਰੂ ਸਾਹਿਬਾਨ ਦੀ ਗ੍ਰਹਿਣ ਕਰਕੇ ਜੇ ਘਰ ਬੈਠੇ ਵੀ ਬਾਣੀ ਨਾਲ ਜੁੜੇ ਹਾਂ ਤਾਂ ਗੁਰੂ ਸਾਡੇ ਸਦਾ ਅੰਗ ਸੰਗ ਆ, ਗਿਆਨ ਰੂਪ ਵਿੱਚ, ਸਿੱਖਿਆ ਦੇ ਰੂਪ ਵਿੱਚ। ਤੇ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਕਿਹਾ ਕਿ ਵਿਸਾਖੀ ਦਾ ਜਿਹੜਾ ਸੰਬੰਧ ਆ ਸਾਡੇ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆ, ਉਹਨਾਂ ਨੇ ਵੀ ਵਿਸਾਖ ਨੂੰ ਜਿਹੜਾ ਆਪਣੀ ਬਾਣੀ ਦੇ ਵਿੱਚ ਮੈਂਸ਼ਨ ਕੀਤਾ, ਤੇ ਉਹਦੇ ਨਾਲ ਤੁਸੀਂ ਦੱਸੋ ਕਿ ਵਿਸਾਖੀ ਦੇ ਜਿਹੜਾ ਵਿਸਾਖੀ ਵਾਲੇ ਦਿਨ ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਰੀਆਂ ਸਿੱਖ ਸੰਗਤਾਂ ਨੂੰ? ਹਾਂਜੀ, ਵਿਸਾਖੀ ਬਾਰੇ ਗੁਰੂ ਸਾਹਿਬਾਨ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਔਰ ਇੱਕ ਸ਼ਬਦ ਬੜਾ ਪਿਆਰਾ ਗੁਰੂ ਨਾਨਕ ਸਾਹਿਬ ਜੀ ਦਾ, ਤਾਂ ਉੱਥੇ ਉਹਨਾਂ ਨੇ ਧਰਮ ਦੇ ਲੋਕਾਂ ਨੂੰ ਕੁੱਝ ਸਿੱਖਿਆਵਾਂ ਦਿੱਤੀਆਂ ਜਦੋਂ ਗੁਰੂ ਸਾਹਿਬਾਨ ਸੰਸਾਰ ਵਿੱਚ ਆਏ, ਕਿਉਂਕਿ ਧਰਮ ਦੀ ਦੁਨੀਆਂ ਦੇ ਵਿੱਚ ਪਖੰਡ ਵੀ ਬਹੁਤ ਜ਼ਿਆਦਾ ਹੈ। ਮੈਂ ਵੀ ਧਰਮ ਦੀ ਦੁਨੀਆਂ ਦੇ ਵਿੱਚੋਂ ਹੀ ਸੰਬੰਧ ਰੱਖਦਾ, ਪਰ ਇਸ ਧਰਮ ਦੇ ਨਾਂ ਤੇ ਸੰਸਾਰ ਵਿੱਚ ਪਖੰਡ ਬਹੁਤ ਜ਼ਿਆਦਾ ਹੈ, ਔਰ ਧਰਮੀ ਲੋਕ ਹੀ ਸੰਸਾਰ ਨੂੰ ਬਹੁਤੇ ਭਰਮ ਭੁਲੇਖਿਆਂ ਵਿੱਚ ਪਾਉਂਦੇ ਨੇ। ਗੁਰੂ ਸਾਹਿਬਾਨ ਜੀ ਨੇ ਉਸ ਸਮੇਂ ਵੀ ਧਰਮ ਦੇ ਭਰਮ ਭੁਲੇਖਿਆਂ ਚੋਂ ਕੱਢਣ ਵਾਸਤੇ ਜੋ ਅਸਲੀਅਤ ਧਰਮ ਕੀ ਹੈ ਉਸ ਬਾਰੇ ਸੰਸਾਰ ਨੂੰ ਦੱਸਿਆ, ਔਰ ਇੱਕ ਸ਼ਬਦ ਹੈ ਸਤਿਗੁਰੂ ਨਾਨਕ ਸਾਹਿਬ ਜੀ ਦਾ ਕਿ ਸਾਲ ਗ੍ਰਾਮ ਬਿਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ ਦਇਆ ਕਰੋ ਦਿਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਗ ਦਿਵਾਲ ਕਾਹੇ ਗੱਚ ਲਾਵੋ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਇੱਕ ਬ੍ਰਾਹਮਣ ਨੂੰ ਸਿੱਖਿਆ ਦਿੱਤੀ ਇਸ ਸ਼ਬਦ ਰਾਹੀਂ, ਪਰ ਇਹ ਸਿੱਖਿਆ ਕੇਵਲ ਬ੍ਰਾਹਮਣ ਲਈ ਨਹੀਂ, ਸਾਡੇ ਸਾਰਿਆਂ ਵਾਸਤੇ ਹੈ ਜੀ, ਕਿਉਂਕਿ ਗੁਰਬਾਣੀ ਸਰਬ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਔਰ ਸਾਰੀ ਮਨੁੱਖਤਾ ਨੂੰ ਹੀ ਉਪਦੇਸ਼ ਹੈ ਜੀ। ਔਰ ਉਸ ਸਮੇਂ ਜੋ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਕਿ ਕੇਵਲ ਸਾਲ ਗ੍ਰਾਮ ਪੱਥਰ ਰੱਖਣ ਦੇ ਨਾਲ, ਤੁਲਸੀ ਦੀ ਮਾਲਾ ਗਲ ਪਾਉਣ ਦੇ ਨਾਲ ਰੱਬ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਔਰ ਕਹਿਣ ਲੱਗੇ ਕਿ ਰਾਮ ਨਾਮ ਜਪ ਬੇੜਾ ਬੰਧੋ। ਅਸਲ ਜੋ ਬੇੜਾ ਬੰਨਣਾ ਸੀ, ਜੋ ਗੁਰੂ ਸਾਹਿਬਾਨ ਜੀ ਨੇ ਖਾਲਸੇ ਸਾਜਨਾ ਕੀਤੀ, ਅਸਲ ਬੇੜਾ ਉਹ ਅਸੀਂ ਆਪਣੇ ਜੀਵਨ ਦਾ, ਕਿਰਦਾਰ ਦਾ, ਇੱਕ ਚੰਗੀ ਸ਼ਖਸੀਅਤ ਦਾ ਤਿਆਰ ਕਰਨਾ। ਪਰ ਇੱਥੇ ਇੱਕ ਮੈਂ ਛੋਟੀ ਜਿਹੀ ਗਾਥਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੀ ਇੱਥੇ ਸਾਂਝੀ ਪਾਉਣਾ ਚਾਹੁੰਦਾ ਕਿ ਗੁਰੂ ਸਾਹਿਬਾਨ ਜੀ ਦਾ ਦੀਵਾਨ ਲੱਗਾ ਅਨੰਦਪੁਰ ਸਾਹਿਬ ਦੀ ਧਰਤੀ ਤੇ, ਔਰ ਉੱਥੇ ਕੁੱਝ ਸੰਗਤਾਂ, ਕੁੱਝ ਸਿੱਖ ਆਏ ਔਰ ਉਹਨਾਂ ਨੇ ਸ਼ੇਰ ਦੀ ਖਲ ਫੜੀ ਆਪਣੇ ਹੱਥ ਵਿੱਚ। ਗੁਰੂ ਸਾਹਿਬਾਨ ਜੀ ਨੇ ਪੁੱਛਿਆ ਕਿ ਇਹ ਕੀ ਹੈ? ਕਹਿਣ ਲੱਗੇ ਕਿ ਸਤਿਗੁਰੂ ਜੀ, ਸਾਡੇ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਸ਼ੇਰ ਆ ਗਿਆ ਸੀ, ਲੋਕ ਬੜੇ ਡਰੇ। ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਕਿਵੇਂ ਫਿਰ ਤੁਸੀਂ ਸ਼ੇਰ ਨੂੰ ਮਾਰ ਦਿੱਤਾ? ਕਹਿਣ ਲੱਗੇ ਨਹੀਂ ਗੁਰੂ ਸਾਹਿਬਾਨ ਜੀ, ਗੱਲ ਇਹ ਹੋਈ ਕਿ ਸ਼ੇਰ ਆ ਗਿਆ ਇਲਾਕੇ ਵਿੱਚ, ਲੋਕ ਸਾਰੇ ਡਰ ਗਏ, ਭੈ ਭੀਤ ਹੋ ਗਏ, ਔਰ ਦੋ ਤਿੰਨ ਦਿਨ ਉਹ ਫਸਲਾਂ ਵਿੱਚ ਫਿਰਦਾ ਰਿਹਾ, ਲੋਕ ਵੀ ਹੈਰਾਨ। ਔਰ ਉਧਰੋਂ ਕੋਈ ਘੁਮਿਆਰ ਜਦੋਂ ਆਪਣੇ ਖੋਤੇ ਲੈ ਕੇ ਲੰਘਿਆ ਤਾਂ ਉਦੋਂ ਪਤਾ ਲੱਗਿਆ ਕਿ ਜਦੋਂ ਉਹ ਖੋਤਿਆਂ ਨਾਲ ਉਵੇਂ ਹੀ ਵਾਂਕਣ ਲੱਗ ਗਿਆ ਜਿਵੇਂ ਖੋਤੇ ਵਾਂਕਦੇ, ਤਾਂ ਫਿਰ ਸਾਰਾ ਜੋ ਭੁਲੇਖਾ ਸੀ ਉਹ ਦੂਰ ਹੋ ਗਿਆ ਕਿ ਸ਼ੇਰ ਨੀ ਖੋਤਾ ਹੈ। ਮਤਲਬ ਗੁਰੂ ਸਾਹਿਬਾਨ ਜੀ ਨੇ ਇਸ ਸਾਖੀ ਤੋਂ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਕਹਿਣ ਲੱਗੇ ਕਿ ਕੇਵਲ ਖਲ ਪਾ ਕੇ ਸ਼ੇਰ ਨੂੰ ਬਣਿਆ ਜਾ ਸਕਦਾ, ਅਸਲ ਸ਼ੇਰ ਵਾਲੇ ਗੁਣ ਜੀਵਨ ਵਿੱਚ ਧਾਰਨ ਕਰਨੇ ਪੈਣਗੇ। ਸਿੱਖ ਦਾ ਵੀ ਕਿਰਦਾਰ ਇਸ ਤਰ੍ਹਾਂ ਦਾ ਹੈ ਕਿ ਕੇਵਲ ਅਸੀਂ ਭੇਖ ਦੇ ਨਾਲ ਸਿੱਖ ਨਹੀਂ ਅਖਵਾ ਸਕਦੇ, ਇਸ ਕਰਕੇ ਨਾਲ ਸਾਡੇ ਜੀਵਨ ਦੀ ਸ਼ਖਸੀਅਤ ਜਿਹੜੀ, ਜਿਸ ਬਾਰੇ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਕਾਹੇ ਕਲਰਾ ਸਿੰਚੋ, ਕਿ ਕਲਰ ਵਾਲੀ ਜ਼ਮੀਨ ਨੂੰ ਪਾਣੀ ਦਿੱਤਿਆਂ ਉਸ ਵਿੱਚੋਂ ਫਸਲ ਨਹੀਂ ਉੱਗ ਸਕਦੀ, ਜਿੰਨਾ ਚਿਰ ਉਪਜਾਊ ਨਹੀਂ ਹੁੰਦੀ। ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਐਵੇਂ ਆਪਣੇ ਜੀਵਨ ਨੂੰ ਨਾ ਗਵਾ, ਅੰਦਰ ਆਪਣੇ ਧਰਮ ਪੈਦਾ ਕਰ, ਆਪਣੀ ਸ਼ਖਸੀਅਤ ਨੂੰ ਧਰਮ ਨਾਲ ਤਿਆਰ ਕਰੋ, ਔਰ ਸ਼ਖਸੀਅਤ ਚੰਗੇ ਗੁਣਾਂ ਨਾਲ ਤਿਆਰ ਹੋਣੀ ਸੀ। ਗੁਰੂ ਸਾਹਿਬਾਨ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ, ਪਹਿਲਾ ਗੁਣ ਹੀ ਉਹ ਦੱਸਦਾ ਹੈ, ਪਹਿਲੇ ਪਿਆਰੇ ਸਾਹਿਬਾਨ ਜੀ ਦਾ ਨਾਮ, ਉਹਨਾਂ ਦੇ ਨਾਮ ਹੈ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਵ ਇੱਕ ਗੁਣਾਂ ਦੇ ਨਾਲ ਸ਼ਖਸੀਅਤ ਦੀ ਘਾੜਤ ਘੜੀ ਜਾਣੀ ਹੈ, ਔਰ ਇਹਨਾਂ ਗੁਣਾਂ ਕਰਕੇ ਹੀ ਅਸੀਂ ਖਾਲਸੇ ਹਾਂ, ਔਰ ਐਸੇ ਖਾਲਸੇ ਨੂੰ ਫਿਰ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੈ ਮੈਂ ਕਰੂ ਨਿਵਾਸ, ਖਾਲਸਾ ਮੇਰਾ ਜਾਨਕੀ ਜਾਨ, ਖਾਲਸਾ ਮੇਰੋ ਭਾਈ ਸਮਾਨ। ਭਾਵ ਜਿਸ ਕਿਰਦਾਰ ਦਾ ਸਤਿਗੁਰੂ ਨਾਨਕ ਸਾਹਿਬ ਜੀ ਜਿਸ ਕਿਰਤਾਰ ਦੀ ਸੋਚ ਰੱਖਦੇ ਹਨ ਕਿ ਐਸਾ ਸਿੱਖ ਮੇਰਾ ਹੋਏ, ਭਾਵੇਂ ਅਸੀਂ ਅੱਜ ਸਮਝ ਲੈਂਦੇ ਹਾਂ ਕਿ
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੀ ਸਾਜਨਾ ਕੀਤੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਬਚਨ ਕਹੇ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਭਾਵ ਸਿਰ ਰੱਖਣ ਤੋਂ ਤਲੀ ਤੇ ਰੱਖਣ ਤੋਂ ਭਾਵ ਇਹ ਸੀ ਕਿ ਆਪਣਾ ਹੰਕਾਰ ਗੁਰੂ ਨੂੰ ਸਮਰਪਿਤ ਕਰਕੇ, ਆਪਣਾ ਹੰਕਾਰ ਸਮਰਪਿਤ ਕਰਕੇ ਗੁਰੂ ਦੀ ਮੱਤ ਧਾਰਨ ਕਰਨੀ, ਆਪਣੀ ਮੱਤ ਛੱਡ ਦੇਣੀ। ਅੱਜ ਲੋੜ ਕੇਵਲ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਛੱਡਣ ਦੀ ਹੈ, ਕਿਉਂਕਿ ਦੁਨੀਆਂ ਵਿੱਚ ਧਰਮ ਦੇ ਨਾਂ ਤੇ ਅੱਜ ਸਾਡੇ ਵਿੱਚ ਵੀ ਇੰਨੇ ਕੁ ਫਿਰਕੇ ਬਣ ਕੇ ਇੰਨੇ ਕੁ ਝਗੜੇ ਬਖੇੜੇ ਹਨ, ਕੋਈ ਅੰਤ ਨਹੀਂ। ਪਰ ਇਹ ਸਾਰਾ ਤਦ ਹੀ ਖਤਮ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਦੀ ਮੱਤ ਧਾਰਨ ਕਰਾਂਗੇ। ਜੇ ਆਪੋ ਆਪਣੀਆਂ ਮੱਤਾਂ, ਸਿਆਣਪਾਂ, ਚਤੁਰਾਈਆਂ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਬਣਾਂਗੇ ਤਾਂ ਫਿਰ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਿਆਲਾ, ਅੰਮ੍ਰਿਤ ਸਿੰਚੋ ਭਰੋ ਕਿਆਰੇ, ਤੋ ਮਾਲੀ ਕੇ ਹੋਵੋ। ਕਰਤਾ ਪੁਰਖ ਵਾਹਿਗੁਰੂ ਮਾਲੀ ਨੇ ਸਾਨੂੰ ਇਹ ਸਰੀਰ ਰੂਪ ਕਿਆਰਾ ਦਿੱਤਾ ਹੈ, ਔਰ ਇਹ ਸਰੀਰ ਰੂਪ ਕਿਆਰੇ ਅੰਦਰ ਅਸੀਂ ਗੁਣਾਂ ਨੂੰ ਪੈਦਾ ਕਰੀਏ, ਔਰ ਉਹ ਗੁਣ ਫਿਰ ਸੰਸਾਰ ਵਿੱਚ ਦੱਸਣ ਦੀ ਕਿਸੇ ਨੂੰ ਲੋੜ ਨਹੀਂ। ਆਪਣੇ ਆਪ ਹੀ ਸੰਸਾਰ ਕਹਿੰਦਾ ਹੈ ਕਿ ਇਹ ਗੁਰੂ ਦੇ ਸਿੱਖ ਹਨ। ਇਹਨਾਂ ਦੇ ਸੁਭਾਅ ਤੋਂ ਪਤਾ ਲੱਗਦਾ ਹੈ ਕਿ ਇਹ ਗੁਰੂ ਦੇ ਸਿੱਖ ਹਨ। ਜਿੱਥੇ ਬਾਹਰੀ ਅਸੀਂ ਪਹਿਰਾਵਾ ਪਹਿਨਦੇ ਹਾਂ ਸਿੱਖੀ ਵਾਲਾ, ਉਹ ਵੀ ਮੁਬਾਰਕ ਹੈ, ਜ਼ਰੂਰੀ ਹੈ, ਪਰ ਨਾਲ ਦੀ ਨਾਲ ਅੰਦਰਲੀ ਸ਼ਖਸੀਅਤ ਦੀ ਘਾਟ ਖੜੀ ਜਾਏ, ਜਿਸ ਬਾਰੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ। ਸੋ ਸਾਰੀਆਂ ਸੰਗਤਾਂ ਨੂੰ ਰੇਡੀਓ ਰਾਹੀਂ ਸਾਰੇ ਸਰੋਤਿਆਂ ਨੂੰ ਮੇਰਾ ਇਹੋ ਹੀ ਬੇਨਤੀ ਹੈ ਕਿ ਅਸੀਂ ਸਤਿਗੁਰੂ ਦੀ ਸਿੱਖਿਆ ਰਾਹੀਂ, ਗੁਰਮਤ ਰਾਹੀਂ ਆਪਣੇ ਆਪ ਨੂੰ ਸੱਚ ਦੇ ਨੇੜੇ ਲਿਆ ਸਕੀਏ, ਸੱਚ ਨੂੰ ਸਮਝ ਸਕੀਏ, ਔਰ ਸੱਚ ਨੂੰ ਸਮਝ ਕੇ ਉਸ ਕਰਤਾ ਪੁਰਖ ਵਾਹਿਗੁਰੂ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਉਦਮ ਕਰ ਸਕੀਏ। ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ, ਜਿਹਨਾਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੇ ਇਸੇ ਤਰ੍ਹਾਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।